ਫੇਸਬੁੱਕ ਫਰੈਂਡਸ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਜਿਨ੍ਹਾਂ ਨੇ ਸਾਰਿਆਂ ਨੇ ਮੇਰੇ ਬੜੀ ਅੱਛੀ ਬੈਸਟ ਵਿਸ਼ਿਸ ਦਿੱਤੀਆਂ। ਕੱਲ੍ਹ ਮੇਰੇ ਬਰਥਡੇ 'ਤੇ ਬਲੈਸਿੰਗਸ ਦਿੱਤੀਆਂ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਮੈਂ ਸੋਚਿਆ ਮੈਂ ਲਾਈਵ ਹੋ ਕੇ ਤੁਹਾਡਾ ਸਾਰਿਆਂ ਦਾ ਥੈਂਕਸ ਕਰਾਂ। ਔਰ ਲਾਸਟ ਵੀਕ ਲਾਈਕ ਆਈ ਵਾਸ ਨੋਟ ਫੀਲਿੰਗ ਵੈਲ, ਲੋਕਾਂ ਨੇ ਬਹੁਤ ਸਾਰਾ ਮੇਰੇ ਵਾਸਤੇ ਦੁਆਵਾਂ ਕੀਤੀਆਂ, ਐਂਡ ਰੀਅਲੀ ਆਈ ਗੋਟ ਵੈਲ ਵੈਰੀ ਸੂਨ। ਐਂਡ ਯੈਸਟਰਡੇ ਐਸ ਵੀ ਹੈਵ ਸੈਲੀਬ੍ਰੇਟਿਡ ਮਾਈ ਬਰਥਡੇ ਇਨ ਕਲਾਰਕਸਵਿਲ, ਔਰ ਉੱਥੇ ਜਿਹੜੇ ਵੀ ਲੋਕ ਪਹੁੰਚੇ ਸੀਗੇ ਮੇਰੇ ਬਰਥਡੇ 'ਤੇ, ਉਹਨਾਂ ਦਾ ਵੀ ਬਹੁਤ ਜ਼ਿਆਦਾ ਦਿਲੋਂ ਥੈਂਕਸ ਵਾ, ਜਿਨ੍ਹਾਂ ਨੇ ਇਸ ਮੇਰੇ ਸਪੈਸ਼ਲ ਡੇ ਨੂੰ, ਮੇਰੇ ਬਰਥਡੇ ਨੂੰ ਇੱਕ ਮੈਮਰੇਬਲ ਬਰਥਡੇ ਜਿਹੜਾ ਬਣਾਇਆ, ਉਹਨਾਂ ਸਾਰਿਆਂ ਦਾ ਵੀ ਬਹੁਤ ਜ਼ਿਆਦਾ ਥੈਂਕਸ। ਅਤੇ ਮੇਰੇ ਨਾਲ ਇੱਥੇ ਮੇਰਾ ਸਟਾਫ ਬੈਠਾ, ਇਹ ਤੁਹਾਡਾ ਥੈਂਕਸ ਕਰਨਾ ਚਾਹੁੰਦਾ ਵਾ। ਸੋ ਪਲੀਜ਼ ਹੈਵ ਅ ਲੁੱਕ ਐਟ ਸੁਮਨ ਫਸਟ ਆਫ ਆਲ। ਹੈਲੋ, ਗੁੱਡ ਮੋਰਨਿੰਗ ਟੂ ਆਲ, ਐਂਡ ਮੈਂ ਸਾਰਿਆਂ ਨੂੰ ਥੈਂਕਸ ਕਰਨਾ ਚਾਹਾਂਗੀ ਕਿ ਕੱਲ੍ਹ ਮੈਮ ਦੇ ਬਰਥਡੇ 'ਤੇ ਤੁਸੀਂ ਆਏ, ਮੈਮ ਨੂੰ ਇੰਨੀਆਂ ਬਲੈਸਿੰਗਸ ਦਿੱਤੀਆਂ ਕਿ ਮੈਮ ਜਲਦੀ ਠੀਕ ਹੋ ਗਏ ਆ, ਐਂਡ ਇੱਦਾਂ ਹੀ ਮੈਮ ਨੂੰ ਹਮੇਸ਼ਾ ਸਪੋਰਟ ਕਰਦੇ ਰਹੋ ਅਤੇ ਮੈਮ ਨਾਲ ਪਿਆਰ ਕਰਦੇ ਰਹੋ। ਥੈਂਕ ਯੂ ਸੋ ਮੱਚ। ਹਾਈ ਐਵਰੀਬਡੀ, ਥੈਂਕਸ ਫੋਰ ਯੂਰ ਕੰਟੀਨਿਊਅਸ ਸਪੋਰਟ ਐਂਡ ਯੂਰ ਲਵ ਵਿਚ ਯੂ ਹੈਵ ਬੀਨ ਗਿਵਿੰਗ ਟੂ ਅਸ, ਐਂਡ ਯੂਰ ਲਵ ਐਂਡ ਯੂਰ ਕੰਟੀਨਿਊਅਸ ਲਵ ਐਂਡ ਯੂਰ ਟਰਸਟ ਹੈਜ਼ ਮੇਡ ਅਸ ਗਰੋ ਕੰਟੀਨਿਊਅਸਲੀ ਸਕਸੈਸਫੁਲ ਸਕਸੈਸਿਵਲੀ ਈਅਰ ਆਫਟਰ ਈਅਰ। ਥੈਂਕ ਯੂ, ਥੈਂਕਸ ਲੋਟ, ਐਂਡ ਥੈਂਕਸ ਫੋਰ ਬਰਥਡੇ ਆਲਸੋ, ਦ ਫਸਟ ਥਿੰਗ ਇਜ਼ ਫੋਰ ਬਰਥਡੇ, ਐਂਡ ਯੂ ਹੈਵ ਥੈਂਕਸ ਫੋਰ ਆਲ ਦ ਵਿਸ਼ਿਸ ਵਿਚ ਯੂ ਹੈਵ ਗਿਵਨ ਟੂ ਅਵਰ ਮੈਮ ਮੋਹਿੰਦਰ ਕੌਰ, ਐਂਡ we are very proud to have you as our friends, as our followers. Thanks a lot. So keep following us, and every year ginti vaddi ja rahi hai meri fan following, you can say. I feel very proud to have you people on Facebook, and every year it is increasing. Really, I am very much thankful to all of you. Every year, day by day, second by second, minute by minute, tusi jada va sade na vadde ja rahe ho. Facebook family jehdi hai bahut vaddi tadad vich phaildi ja rahi hai. Mere page de te vi followers bahut sare ho chuke ne, aur YouTube ਦੇ ਉੱਤੇ ਵੀ ਔਰ ਇੰਸਟਾ ਦੇ ਉੱਤੇ ਵੀ। ਰੀਅਲੀ ਆਈ ਐਮ ਵੈਰੀ ਮਚ ਥੈਂਕਫੁਲ ਟੂ ਯੂ। ਪਰਸੋਂ ਰਾਤ ਦੇ 12 ਵਜੇ ਦੇ ਮੈਨੂੰ ਮੈਸੇਜਿਸ ਆਉਣੇ ਸਟਾਰਟ ਹੋ ਗਏ ਸੀਗੇ, ਵਿਸ਼ਿਜ਼ ਆਉਣੀਆਂ ਸਟਾਰਟ ਹੋ ਗਈਆਂ ਸੀਗੀਆਂ, ਐਂਡ ਟਿਲ ਨਾਓ ਆਈ ਐਮ ਗੈਟਿੰਗ ਸੋ ਮੈਨੀ ਲਵਲੀ ਵਿਸ਼ਿਜ਼ ਕਿ ਮੈਂ ਤੁਹਾਨੂੰ ਵਰਡਸ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ, ਇੰਨਾ ਕੁ ਜ਼ਿਆਦਾ ਮੈਨੂੰ ਪਿਆਰ ਦੇ ਚੁੱਕੇ ਹੋ ਕਿ ਮੈਂ ਸਾਰੀ ਜ਼ਿੰਦਗੀ ਵੀ ਤੁਹਾਡਾ ਕਰਜ਼ ਨਹੀਂ ਚੁਕਾ ਪਾਊਂਗੀ ਕਿ ਜਿੰਨਾ ਕੁ ਤੁਸੀਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਫੇਸਬੁੱਕ 'ਤੇ। ਸ਼ਾਇਦ ਹੀ ਕਿਸੇ ਨੂੰ ਐਵਰੀ ਸੈਕਿੰਡ ਐਵਰੀ ਮਿੰਟ ਵਿੱਚ ਜਿਹੜਾ ਵਾ ਇੰਨੀਆਂ ਵਿਸ਼ਿਜ਼ ਆਉਂਦੀਆਂ ਹੋਣਗੀਆਂ ਬਰਥਡੇ 'ਤੇ ਜਿੰਨੀਆਂ ਕਿ ਮੈਨੂੰ ਆਈਆਂ ਨੇ। ਔਰ ਮੈਂ ਹੁਣ ਵੀ ਮੋਰਨਿੰਗ ਦੀ ਦੇਖ ਰਹੀ ਸੀਗੀ ਮੈਸੇਂਜਰ ਦੇ ਉੱਤੇ ਵੀ ਘੱਟੋ ਘੱਟ 200-250 ਜਿਹੜੀਆਂ ਵਿਸ਼ਿਜ਼ ਸੀਗੀਆਂ ਅੱਜ ਮੋਰਨਿੰਗ ਦੇ ਵਿੱਚ ਹੀ ਸੀਗੀਆਂ, ਅਤੇ ਜਿਹੜੀਆਂ ਕਿ ਮੈਨੂੰ ਲਾਈਵ ਹੋਣ ਲਈ ਮੈਨੂੰ ਮਜਬੂਰ ਕੀਤਾ ਗਿਆ ਕਿ ਮੈਂ ਅੱਜ ਲਾਈਵ ਹੋ ਕੇ ਤੁਹਾਡਾ ਥੈਂਕਸ ਕਰਾਂ ਤੁਹਾਡੀਆਂ ਇੰਨੀਆਂ ਜ਼ਿਆਦਾ ਵਿਸ਼ਿਜ਼ ਵੇਖ ਕੇ। ਤੋ ਅਗੇਨ ਮੈਂ ਅੱਜ ਲਾਈਵ ਹੋਈ ਹਾਂ ਬਰਥਡੇ ਤੋਂ ਬਾਅਦ, ਰਾਤ ਤੋਂ ਬਾਅਦ ਦੁਬਾਰਾ ਮੋਰਨਿੰਗ ਵਿੱਚ ਤੁਹਾਡਾ ਥੈਂਕਸ ਕਰਨ ਲਈ। ਸੋ ਥੈਂਕਸ ਅ ਲੋਟ ਵਾਂਸ ਅਗੇਨ। ਤੁਸੀਂ ਇਸੇ ਤਰ੍ਹਾਂ ਮੈਨੂੰ ਪਿਆਰ ਕਰਦੇ ਰਹੋ, ਸਪੋਰਟ ਦਿੰਦੇ ਰਹੋ, ਲੋਕਾਂ ਨੂੰ ਰੈਕਮੈਂਡ ਕਰਦੇ ਰਹੋ, ਔਰ ਮੇਰੇ ਦਿਲ ਵਿੱਚ ਵੱਸਦੇ ਰਹੋ ਅਤੇ ਮੈਂ ਤੁਹਾਡੇ ਦਿਲਾਂ 'ਚ ਵੱਸਦੀ ਰਹਾਂ। ਥੈਂਕ ਯੂ ਵੈਰੀ ਮੱਚ।